ਪੁਲਿਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ 3 ਨੂੰ ਕਾਬੂ ਕਰ ਲਿਆ ਹੈ। ਖਬਰ ਕਪੂਰਥਲਾ ਦੀ ਹੈ ਜਿੱਥੇ ਸਾਜ਼ਿਸ਼ ਦੇ ਅਧੀਨ ਇੱਕ ਵਿਅਕਤੀ ਨੂੰ ਧੋਖੇ ਦੇ ਨਾਲ ਪਹਿਲਾਂ ਘਰ ਬੁਲਾਇਆ ਗਿਆ, ਉਸ ਨੂੰ ਬੰਦਕ ਬਣਾ ਲਿਆ ਗਿਆ, ਜਿਸ ਤੋਂ ਬਾਅਦ ਉਸ ਦੇ ਨਾਲ ਜਿੱਥੇ ਗਾਲੀ ਗਲੋਚ ਕੀਤਾ ਗਿਆ ਤਾਂ ਉੱਥੇ ਹੀ ਉਸ ਦੀ ਮਾਰਕੁੱਟ ਵੀ ਕੀਤੀ ਗਈ। ਇੱਥੋਂ ਤੱਕ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜ਼ਬਰਦਸਤੀ ਉਸ ਦੀ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਦੀ ਵੀ ਧਮਕੀ ਦਿੱਤੀ ਗਈ। ਇਸ ਬਲੈਕਮੇਲਿੰਗ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਕਾਰਵਾਈ ਅਮਲ ਦੇ ਵਿੱਚ ਲਿਆਉਂਦੇ ਹੋਏ ਜਿੱਥੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਅਤੇ ਬਾਕੀ ਪੁਰਸ਼ ਦੱਸੇ ਜਾ ਰਹੇ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਹਾਂਜੀ ਮੈਮ, ਕੀ ਮਾਮਲਾ ਜੀ? ਸਾਡੇ ਕੋਲ ਕੱਲ੍ਹ ਇੱਕ ਐਪਲੀਕੇਸ਼ਨ ਆਈ ਸੀ, ਐਡਵੋਕੇਟ ਸਾਹਿਬ ਨੇ ਹਰਿੰਦਰ ਕੌਲ ਇੱਥੇ ਸਿਵਲ ਕੋਰਟ ਫਗਵਾੜਾ 'ਚ ਕੰਮ ਕਰਦੇ ਨੇ, ਉਹਨਾਂ ਨੇ ਕਿਹਾ ਵੀ ਮੈਨੂੰ ਇੱਕ ਫੋਨ ਆਇਆ ਸੀਗਾ 25th ਨੂੰ ਕਿ ਕਿਸੇ ਕਲਾਇੰਟ ਵੀ, ਮੈਂ ਤੁਹਾਡੀ ਕਲਾਇੰਟ ਗੱਲ ਕਰ ਰਹੀ ਹਾਂ, ਐਂਡ ਵੀ ਸਾਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਕਿਤੇ, ਅਤੇ ਤੁਸੀਂ ਕਾਇੰਡਲੀ ਆ ਕੇ ਸਾਡੀ ਹੈਲਪ ਕਰ ਦਿਓ। ਐਂਡ ਜਦੋਂ ਉੱਥੇ ਗਏ ਸੀ ਤਾਂ ਉਹਨਾਂ ਨੇ ਜਿਹੜੇ ਪਰਿਵਾਰ ਦੇ ਉੱਥੇ ਮੈਂਬਰ ਮੌਜੂਦ ਸੀ ਜਾਂ ਹੋਰ ਕੋਈ ਮੌਜੂਦ ਸੀ, ਉਹਨਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ। ਪਲੱਸ ਬੰਦੀ ਬਣਾਉਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਉਹ ਵੀਡੀਓ ਬਣਾਉਣ ਦੀ, ਗਲਤ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਐਂਡ ਉਸ ਤੋਂ ਬਾਅਦ ਜਦੋਂ ਵੀਡੀਓ ਬਣਾ ਕੇ ਉਹਨਾਂ ਤੋਂ ਜਿਹੜੇ ਪੈਸੇ ਉਹਨਾਂ ਦੇ ਕਢਵਾ ਲਏ ATM 'ਤੇ, ਨਾਲ ਜਾ ਕੇ ਅਰਾਊਂਡ 65,000 to 70,000 ਰੁਪੀਸ ਜਿਹੜੇ ਉਹਨਾਂ ਦੇ ATM ਤੋਂ ਰਾਹੀਂ ਕਢਵਾ ਲਏ। ਇਸ ਤੋਂ ਬਾਅਦ ਉਹਨਾਂ ਨੂੰ ਕਾਫੀ ਡਰਾਇਆ ਧਮਕਾਇਆ, ਕੁੱਟਮਾਰ ਵੀ ਕੀਤੀ, ਐਂਡ ਉਸ ਤੋਂ ਬਾਅਦ ਇਹ ਕੱਲ੍ਹ ਸਾਡੇ ਕੋਲ ਆਏ ਸੀ, ਅਸੀਂ ਜਿਹੜੀ ਸਾਰੇ ਮਾਮਲੇ ਨੂੰ ਇਨਕੁਆਇਰੀ ਕਰਕੇ FIR ਜਿਹੜੀ ਉਹ ਦਰਜ ਕਰ ਦਿੱਤੀ ਹੈ। ਦਰਜ ਕਰਨ ਤੋਂ ਬਾਅਦ ਅਸੀਂ ਜਿਹੜੇ 3 ਮੁਲਜ਼ਮ ਇਹਦੇ ਵਿੱਚ ਫੜ ਲਏ ਨੇ, ਅਤੇ 3 ਮੁਲਜ਼ਮਾਂ ਨੂੰ ਅੱਜ ਜੱਜ ਸਾਹਿਬ ਦੇ ਅਸੀਂ ਪੇਸ਼ ਕਰ ਦਿੱਤਾ ਆ, ਅਤੇ ਸਾਨੂੰ 3 ਦਿਨ ਦਾ ਰਿਮਾਂਡ ਮਿਲ ਚੁੱਕਾ ਆ। ਰਿਮਾਂਡ ਦੌਰਾਨ ਜੋ ਅੱਗੇ ਹੋਰ ਇਹਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਨੂੰ ਪੁੱਛਗਿੱਛ ਤੋਂ ਬਾਅਦ ਕਰਕੇ ਉਹ ਤੋਂ ਬਾਅਦ ਅਸੀਂ ਕਾਬੂ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ। ਮੈਡਮ, ਜਿਹੜੇ 3 ਮੁਲਜ਼ਮ ਫੜੇ ਆ ਜੀ, ਉਹ ਕਿੱਥੇ ਦੇ ਰਹਿਣ ਵਾਲੇ ਆ ਜੀ? ਉਹਨਾਂ 'ਚੋਂ ਇੱਕ ਮੁਲਜ਼ਮ ਵੈਸੇ ਬੇਸਿਕਲੀ, 2 ਮੁਲਜ਼ਮ ਜਿਹੜੇ ਫਗਵਾੜੇ ਦੇ ਨੇ, ਇੱਕ ਰਾਵਲਪਿੰਡੀ ਪੁਲਿਸ ਸਟੇਸ਼ਨ 'ਚ ਰਿਹਾਣਾ ਜੱਟਾ ਪਿੰਡ ਪੈ ਜਾਂਦਾ, ਇੱਕ ਜੀ ਇੱਥੇ ਖਾਲਸਾ ਇਨਕਲੇਵ ਫਗਵਾੜਾ ਸਿਟੀ ਦੇ ਵਿੱਚ ਪੈ ਜਾਂਦਾ, ਐਂਡ ਜਿਹੜਾ 3rd ਮੁਲਜ਼ਮ ਹੈ ਉਹ ਫਰਾਲਾ ਪਿੰਡ ਦਾ ਹੈ ਜੀ, ਜਲੰਧਰ ਦੇ ਵਿੱਚ ਪੈ ਜਾਂਦਾ। ਹਾਂਜੀ ਕੌਲ ਸਾਹਿਬ, ਕੀ ਮੈਟਰ ਹੋਇਆ ਜੀ? ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਆਪਣੇ ਵੱਲੋਂ, ਆਪਣੇ ਪ੍ਰੈਜ਼ੀਡੈਂਟ ਸਾਹਿਬ ਵੱਲੋਂ, ਬਾਰ ਦੇ ਪੂਰੀ ਬਾਰ ਵੱਲੋਂ ਤੁਹਾਡਾ ਬਹੁਤ ਇਹਦੇ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਤਰ੍ਹਾਂ ਦੇ ਮੌਕੇ 'ਤੇ ਆ ਕੇ ਖਬਰਸਾਰ ਪੁੱਛੀ ਆ, ਔਰ ਸਾਨੂੰ ਮੌਕਾ ਦਿੱਤਾ ਕਿ ਅਸੀਂ ਸਾਰਾ ਆਪਣਾ ਜੋ ਵਿਅਥਾ ਸਾਡੇ ਨਾਲ ਹੋਵੇ ਤੁਹਾਨੂੰ ਦੱਸ ਸਕੀਏ। ਤੁਹਾਡੇ ਚੈਨਲ ਦਾ ਬਹੁਤ ਬਹੁਤ ਥੈਂਕ ਯੂ। ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ 25 ਤਰੀਕ ਨੂੰ ਮੇਰੇ ਨਾਲ ਵਾਰਦਾਤ ਹੋਈ ਸੀਗੀ, ਬੜੇ ਭਿਆਨਕ ਤਰੀਕੇ ਨਾਲ ਮੇਰੇ ਨਾਲ ਉਹਨਾਂ ਨੇ ਮੇਰੇ ਨਾਲ ਵਾਰਦਾਤ ਕੀਤੀ, ਉਹਦੇ ਵਿੱਚ ਮੈਂ ਜਦੋਂ ਉੱਥੋਂ ਆਪਣਾ ਜਾਨ ਛੁਡਾ ਕੇ ਆ ਕੇ ਪੂਰੀ ਪੁਲਿਸ ਅਥਾਰਟੀਜ਼ ਨੂੰ ਉਹਦੇ ਬਾਰੇ ਇਨਫੋਰਮ ਕੀਤਾ, ਅਤੇ ਪੁਲਿਸ ਨੇ ਵੀ ਇਮੀਡੀਏਟ ਐਕਸ਼ਨ ਲੈਂਦੇ ਹੋਏ ਸਾਰੇ ਉਹਨਾਂ ਦੇ ਵਿੱਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ। ਬਾਕੀ ਜੋ ਮੌਕੇ 'ਤੇ ਜਿਹੜੇ ਦੋਸ਼ੀ ਨਹੀਂ ਗ੍ਰਿਫਤਾਰ ਹੋਏ ਉਹਨਾਂ ਨੂੰ ਫੰਡ ਵਿੱਚ ਬੜੀ ਮੁਸ਼ੱਦਤ ਕਰ ਰਹੀ ਹੈਗੀ ਪੁਲਿਸ, ਔਰ ਅੱਜ ਉਸ ਜਿਹੜੇ ਦੋਸ਼ੀ ਫੜੇ ਸੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਔਰ ਉਹਨਾਂ ਦਾ 2 ਤਰੀਕ ਤੱਕ ਰਿਮਾਂਡ ਲਗਾਇਆ ਗਿਆ, ਔਰ ਪੁਲਿਸ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਕਿ ਇਸ ਕੇਸ ਦੇ ਵਿੱਚ ਪੂਰੀ ਤਰ੍ਹਾਂ ਉਹ ਤੈਅ ਤੱਕ ਜਾ ਕੇ ਉਹ ਇਸ ਮਸਲੇ ਦਾ ਹੱਲ ਕਰੇਗੀ। ਕੀ ਕੌਣ ਸਾਹਿਬ, ਤੁਹਾਨੂੰ ਪਤਾ ਜੀ ਕਿੰਨੇ ਬੰਦੇ ਸੀਗੇ ਟੋਟਲ ਜੀ? ਉਹ ਜੀ ਉਹਦੇ ਵਿੱਚ ਜਿਸ ਤਰ੍ਹਾਂ ਮੈਨੂੰ ਮੌਕੇ 'ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ, ਅਤੇ ਮੌਕੇ ਜਾ ਕੇ ਦੇਖਿਆ ਕਿ 4 ਲੇਡੀਜ਼ ਪਹਿਲਾਂ ਸੀਗੀਆਂ, 2 ਜੈਂਟਸ ਕਰਤੇ ਸੀਗੇ, ਔਰ ਉਹਨਾਂ ਨੇ ਮੈਨੂੰ ਦਾਤ ਦੇ ਡਰ ਦਿਖਾ ਕੇ ਮੇਰੇ ਨਾਲ ਧੱਕਾਮੁੱਕੀ ਕਰਕੇ, ਮੇਰੇ ਨਾਲ ਕੁੱਟਮਾਰ ਕਰਕੇ, ਮੇਰੇ ਕੋਲ ਸਾਰੇ ਪੈਸੇ ਮੇਰੇ ਖੋਲ੍ਹੇ, ਔਰ ATM ਦੇ ਥਰੂ ਵੀ ਮੇਰੇ ਵਿੱਚੋਂ ਉਹਨਾਂ ਨੇ ਪੈਸੇ ਟ੍ਰਾਂਸਫਰ ਕਰਵਾਏ ਸੀਗੇ, ਜਿਹੜਾ ਕੁਛ ਟੋਟਲ ਕਰੀਬ 67,000 ਦੇ ਨੇੜੇ ਮੇਰਾ ਰੁਪਈਆ ਬੰਦਾ ਸੀਗਾ, ਜੋ ਉਹਨਾਂ ਨੇ ਉਸ ਮੌਕੇ 'ਤੇ ਮੇਰੇ ਨਾਲ ਲੁੱਟਮਾਰ ਕੀਤੀ। ਕਿੰਨੇ ਬੰਦੇ ਕਿੰਨੇ ਸੀ ਅਤੇ ਕਿੰਨੇ ਫੜੇ ਗਏ? ਬੰਦੇ 3 ਫੜ ਲਏ ਮੌਕੇ 'ਤੇ, ਬੰਦੇ ਟੋਟਲ ਜਿਹੜੇ ਮੌਕੇ 'ਤੇ 4 ਲੇਡੀ ਸੀਗੀਆਂ ਔਰ 3 ਬੰਦੇ ਸੀਗੇ, ਔਰ ਉਹਨਾਂ ਦੇ ਵਿੱਚੋਂ 3 ਬੰਦੇ ਫੜ ਚੁੱਕੇ ਹਾਲੇ।